ਨਸ਼ੇ ਦੀ ਓਵਰਡੋਜ਼ ਦੇ ਨਾਲ ਮਰੇ ਪਿੰਡ ਬੋੜਿਆਂ ਦੇ 21 ਸਾਲਾ ਜਸਪਾਲ ਸਿੰਘ ਦੇ ਸਿਵੇ ਦੀ ਠੰਡੀ ਹੋ ਚੁੱਕੀ ਰਾਖ ਦੇ ਵਿੱਚੋਂ ਉਸ ਦੇ ਬੁੱਢੇ ਬਾਪ ਪਰਮਜੀਤ ਸਿੰਘ ਦੇ ਜ਼ਖਮ ਅੱਜ ਫੇਰ ਰਿਸਣ ਲੱਗੇ ਨੇ। ਜਦੋਂ ਇਸ ਇਲਾਕੇ ਦੇ ਵਿੱਚੋਂ ਨਸ਼ਿਆਂ ਦੇ ਖਾਤਮੇ ਦੇ ਲਈ ਵਿਸ਼ੇਸ਼ ਮੁਹਿੰਮ ਦੇ ਉੱਤੇ ਨਿਕਲੀ ਪਹਿਰੇਦਾਰ ਦੀ ਟੀਮ ਨੇ ਉਹਨਾਂ ਦੇ ਘਰ ਦਾ ਦੌਰਾ ਕੀਤਾ। ਪਹਿਰੇਦਾਰ ਦੀ ਟੀਮ ਨੂੰ ਉਸ ਦੇ ਪੁੱਤਰ ਦੀ 4 ਅਪ੍ਰੈਲ ਨੂੰ ਹੋਈ ਮੌਤ ਦੀਆਂ ਤਾਰਾਂ ਵੀ ਕਿਤੇ ਨਾ ਕਿਤੇ ਨਸ਼ੇ ਦੀ ਰਾਜਧਾਨੀ ਬਣ ਚੁੱਕੇ ਪਿੰਡ ਚੌਂਤੇ ਦੇ ਨਾਲ ਜੁੜਦੀਆਂ ਨਜ਼ਰ ਆਈਆਂ। ਸਾਡੀ ਟੀਮ ਨੂੰ ਬੁੱਢੀਆਂ ਅਤੇ ਨਿਰਾਸ਼ ਅੱਖਾਂ ਦੇ ਵਿੱਚੋਂ ਨੀਰ ਕੇਰਦਿਆਂ ਪਰਮਜੀਤ ਸਿੰਘ ਅਤੇ ਪਿੰਡ ਦੇ ਹੀ ਮੋਤਵਾਰ ਦਰਸ਼ਨ ਸਿੰਘ ਨੇ ਦੱਸਿਆ ਕਿ ਜਸਪਾਲ ਨਸ਼ੇੜੀ ਨਹੀਂ ਸੀ, ਉਸ ਨੂੰ ਨਸ਼ੇ ਦੇ ਆਦੀ ਨੌਜਵਾਨਾਂ ਦੇ ਵੱਲੋਂ ਜ਼ਬਰੀ ਨਸ਼ਾ ਦਿੱਤਾ ਗਿਆ ਸੀ ਅਤੇ ਪੁਲਿਸ ਨੂੰ ਦੱਸਣ ਦੇ ਬਾਵਜੂਦ ਵੀ ਅੱਜ ਤੱਕ ਕੋਈ ਕਾਰਵਾਈ ਨਹੀਂ ਹੋ ਪਾਈ। ਆਓ ਵੇਖਦੇ ਹਾਂ ਪੁਲਿਸ ਪ੍ਰਸ਼ਾਸਨ ਅਤੇ ਸੂਬਾ ਸਰਕਾਰ ਦੀ ਕਾਰਗੁਜ਼ਾਰੀ ਦੇ ਉੱਤੇ ਇੱਕ ਸਵਾਲੀਆ ਨਿਸ਼ਾਨ ਲਗਾਉਂਦੀ ਇਹ ਵਿਸ਼ੇਸ਼ ਰਿਪੋਰਟ। ਨਸ਼ਿਆਂ ਖਿਲਾਫ਼ ਜਿਹੜੀ ਪਹਿਰੇਦਾਰ ਅਦਾਰੇ ਦੇ ਵੱਲੋਂ ਜਿਹੜੀ ਮੁਹਿੰਮ ਛੇੜੀ ਗਈ ਆ, ਖਾਸ ਕਰਕੇ ਜਿਹੜਾ ਵਿਧਾਨ ਸਭਾ ਹਲਕਾ ਪਿੰਡ ਚੌਂਤਾ ਪਿੰਡ ਪੈਂਦਾ, ਇਸ ਦੇ ਤਹਿਤ ਜਿਹੜੇ ਇੱਥੋਂ ਜਿਹੜਾ ਨਸ਼ਾ ਪੈਦਾ ਹੋ ਰਿਹਾ, ਤਸਕਰਾਂ ਵੱਲੋਂ ਇੱਥੋਂ ਨਸ਼ਾ ਸਪਲਾਈ ਕੀਤਾ ਜਾ ਰਿਹਾ, ਜਿਹੜਾ ਕਿ ਆਲੇ ਦੁਆਲੇ ਪਿੰਡਾਂ ਦੇ ਵਿੱਚ ਜਿਹੜਾ ਮਾਰ ਰਿਹਾ, ਅਤੇ ਅੱਜ ਉਸੇ ਲੜੀ ਦੇ ਤਹਿਤ ਅਸੀਂ ਇਸ ਮੁਹਿੰਮ ਨੂੰ ਕਾਰਗਰ ਬਣਾਉਣ ਲਈ ਅਤੇ ਇਸ ਨਸ਼ੇ ਨੂੰ ਇਸ ਇਲਾਕੇ ਦੇ ਵਿੱਚੋਂ ਜੜ੍ਹ ਤੋਂ ਖਤਮ ਕਰਨ ਦੇ ਲਈ ਅੱਜ ਅਸੀਂ ਬੋੜੇ ਪਿੰਡ ਦੇ ਵਿੱਚ ਪਹੁੰਚੇ ਹਾਂ, ਜਿੱਥੇ ਕਿ ਇਸੇ ਵਰ੍ਹੇ ਦੇ ਵਿੱਚ ਅਪ੍ਰੈਲ 2018 ਦੇ ਵਿੱਚ ਜਿਹੜਾ ਇੱਥੋਂ ਬੋੜੇ ਪਿੰਡ ਦਾ ਲੜਕਾ ਪਰਮਜੀਤ ਸਿੰਘ ਸਾਡੇ ਨਾਲ ਖੜ੍ਹੇ ਨੇ, ਇਹਨਾਂ ਦਾ ਲੜਕਾ ਜਸਪਾਲ ਸਿੰਘ ਜਿਹਦੀ ਉਮਰ ਮਹਿਜ਼ 21 ਸਾਲ ਸੀ, ਕੰਬਾਈਨ ਦੇ ਉੱਤੇ ਕੰਮ ਕਰਦਾ ਸੀ ਅਤੇ ਨਸ਼ੇ ਦਾ ਕੋਈ ਆਦੀ, ਜੋ ਜਿਸ ਪ੍ਰਕਾਰ ਪਰਮਜੀਤ ਸਿੰਘ ਦੱਸ ਰਹੇ ਨੇ, ਕੋਈ ਆਦੀ ਨਹੀਂ ਸੀ। ਪਰ ਪਿੰਡ ਦੇ ਵਿੱਚ ਜਿਹੜੀ ਮਾੜੀ ਸੰਗਤ ਆ, ਮੁੰਡਿਆਂ ਦੀ, ਜਿਹੜੇ ਟੋਲਿਆਂ ਦੇ ਟੋਲੇ ਬਣਾ ਕੇ ਸਾਂਝੇ ਤੌਰ 'ਤੇ ਨਸ਼ਾ ਕਰਦੇ ਨੇ, ਉਹਨਾਂ ਦੇ ਨਾਲ ਉਹਨੇ ਸਮੂਹਿਕ ਤੌਰ ਦੇ ਉੱਤੇ ਨਸ਼ਾ ਕੀਤਾ, ਜਿਹਦੇ ਕਰਕੇ ਉਹਦੀ ਓਵਰਡੋਜ਼ ਕਰਕੇ ਉਹਦੀ 4 ਅਪ੍ਰੈਲ ਨੂੰ 2018 ਨੂੰ ਜਿਹੜੀ ਉਹਦੀ ਮੌਤ ਹੋਈ ਆ। ਉਸ ਦੇ ਸੰਬੰਧ ਦੇ ਵਿੱਚ ਅਸੀਂ ਜਿਹੜੀ ਗੱਲ ਕਰਦੇ ਹਾਂ, ਸਾਡੇ ਜਿਹੜੇ ਪਰਮਜੀਤ ਸਿੰਘ ਜੀ, ਉਸ ਬਜ਼ੁਰਗ ਜਿਹੜੇ ਉਸ ਲੜਕੇ ਦੇ ਬਜ਼ੁਰਗ ਪਿਤਾ ਨੇ, ਜਿਨ੍ਹਾਂ ਦੀ ਅੱਜ ਉਸ ਇਹ ਸਾਰੀ ਗੱਲਬਾਤ ਦੱਸਦਿਆਂ ਹੋਏ ਦੀ ਉਹਨਾਂ ਦੀਆਂ ਅੱਖਾਂ ਭਰ ਆਈਆਂ ਸੀ, ਅਤੇ ਉਹਨਾਂ ਨੇ ਰੋਂਦੇ ਹੋਏ ਕੁਰਲਾਉਂਦੇ ਹੋਏ ਦੱਸਿਆ ਵੀ ਮੇਰੇ ਬੁਢਾਪੇ ਦਾ ਸਹਾਰਾ ਜਿਹੜਾ ਮੇਰਾ ਪੁੱਤ ਆ ਉਹ ਨਸ਼ਿਆਂ ਨੇ ਖੋਲਿਆ, ਅਤੇ ਜਿਹੜੀ ਕੈਪਟਨ ਸਰਕਾਰ ਨੇ ਵਾਰ ਵਾਰ ਨਸ਼ੇ ਖਤਮ ਕਰਨ ਦਾ ਵਾਅਦਾ ਕੀਤਾ ਸੀ, ਇੱਥੋਂ ਤੱਕ ਕਿ ਸ੍ਰੀ ਗੁਰੂ ਗੋਟਕਾ ਸਾਹਿਬ ਫੜ ਕੇ ਹੱਥ ਦੇ ਵਿੱਚ ਉਹਨਾਂ ਨੇ ਤਲਵੰਡੀ ਸਾਬੋ ਵਿਖੇ ਇੱਕ ਐਲਾਨ ਵੀ ਕੀਤਾ ਸੀ, ਉਹ ਸਾਰੇ ਐਲਾਨ ਵਾਅਦੇ ਝੂਠੇ ਸਾਬਤ ਹੋਏ ਅਤੇ ਆਮ ਪਰਿਵਾਰ ਨੇ ਜਿਹੜੇ ਇਹ ਨਸ਼ਿਆਂ ਦੀ ਪੇਟ ਚੜ੍ਹ ਰਹੇ ਨੇ। ਤੁਸੀਂ ਦੇਖ ਵੀ ਰਹੇ ਹੋ ਕਿ ਜਿਹੜਾ ਪਰਮਜੀਤ ਸਿੰਘ ਬਹੁਤ ਹੀ ਗਰੀਬ ਪਰਿਵਾਰ ਇਹਦਾ ਪਰਿਵਾਰ ਆ, ਅਤੇ ਇੱਥੋਂ ਤੱਕ ਕਿ ਜਿਹੜਾ ਇਹਦਾ ਮਕਾਨ ਅੱਜ ਆਧੁਨਿਕ ਸਮੇਂ ਦੇ ਵਿੱਚ ਜਿੱਥੇ ਲੋਕਾਂ ਦੀਆਂ ਕੋਠੀਆਂ ਉਸਰ ਗਏ ਨੇ, ਅੱਜ ਵੀ ਇਹਦਾ ਜਿਹੜਾ ਮਕਾਨ ਆ ਜਿਹਦੇ ਉੱਤੇ ਛੜਕੜਾ ਪਿਆ ਹੋਇਆ ਅਸੀਂ ਉਹ ਵੀ ਦੇਖ ਚੁੱਕੇ ਹਾਂ, ਅਤੇ ਹੁਣ ਅਸੀਂ ਪਰਮਜੀਤ ਸਿੰਘ ਜੀ ਨਾਲ ਗੱਲ ਕਰਦੇ ਹਾਂ ਵੀ ਉਹ ਆਪਣੇ ਜਿਹੜਾ ਲੜਕਾ ਜਸਪਾਲ ਸਿੰਘ ਬਾਰੇ ਜਿਹੜੀ ਸਾਨੂੰ ਜਾਣਕਾਰੀ ਦੇਣ। ਪਰਮਜੀਤ ਸਿੰਘ ਜੀ, ਤੁਸੀਂ ਜਿਹੜੇ ਆਪਣੇ ਲੜਕੇ ਬਾਰੇ ਜਾਣਕਾਰੀ ਦਿਓ ਵੀ ਕੀ ਕੰਮ ਕਰਦਾ ਸੀ, ਕਿੰਨਾ ਪੜ੍ਹਿਆ ਹੋਇਆ ਸੀ ਅਤੇ ਕਿੰਨੇ ਭੈਣ ਭਰਾ, ਇਹਦੇ ਬਾਰੇ ਪਰਿਵਾਰਕ ਵੀ ਜਾਣਕਾਰੀ ਦਿਓ ਜੀ। ਮੇਰਾ ਲੜਕਾ ਕੰਬਾਈਨ 'ਤੇ ਜਾਂਦਾ ਸੀਗਾ ਜੀ, ਦੋ ਚਾਰ ਸੀਜ਼ਨ ਲਾਏ ਉਹਨੇ, ਅਤੇ ਆ ਹੁਣ ਜਦੋਂ ਆਇਆ ਉਹ 3:30 ਵਜੇ ਆਇਆ ਜੀ, 3:30 ਵਜੇ ਆ ਗਏ ਜੀ, 3:30 ਵਜੇ ਆ ਗਏ ਜੀ ਉਹਨੇ, 5 ਮਿੰਟ ਘਰੇ ਬੈਠਾ ਚਾਹ ਪੀਤੀ ਆ, ਚਾਹ ਪੀ ਕੇ ਮੋਟਰਸਾਈਕਲ ਚੱਕਿਆ ਅਤੇ ਬਾਹਰ ਨਿਕਲ ਗਿਆ। ਸਾਨੂੰ 8 ਵਜੇ ਪਤਾ ਲੱਗਦਾ ਜੀ ਉਹਦਾ, ਮੁੰਡਿਆਂ ਦੱਸਣ ਆਏ ਨੇ, ਕਹਿੰਦੇ ਜੀ ਤੇਰਾ ਲੜਕਾ ਵੀ ਬਹੁਤ ਮਾੜੀ ਹਾਲਤ 'ਚ ਪਿਆ, ਬਾਬਿਆਂ ਦੇ ਵੀ ਉਹਨੂੰ ਜਾ ਕੇ ਹੋਸਪਿਟਲ ਲੈ ਜਾਓ। ਅਸੀਂ ਹੋਸਪਿਟਲ ਗਏ ਜੀ, ਉੱਥੇ ਜਾ ਕੇ ਉਹਦੀ ਸਿਵਲ ਹੋਸਪਿਟਲ ਲੱਗੇ ਸੀਗੇ ਜੀ, ਉੱਥੇ ਜਾ ਕੇ ਉਹਦੀ ਰਾਹ 'ਚ ਹੀ ਮੌਤ ਹੋ ਗਈ ਜੀ। ਅਤੇ ਜਿਹੜਾ ਜਿਵੇਂ ਤੁਸੀਂ ਦੱਸਿਆ ਵੀ ਉਹ ਨਸ਼ਾ ਕਰਦਾ ਸੀ, ਕੋਈ ਨਸ਼ਾ ਨਹੀਂ ਸੀ ਕਰਦਾ ਜੀ ਉਹ। ਅਤੇ ਇਹਦੇ ਲਈ ਤੁਸੀਂ ਜ਼ਿੰਮੇਵਾਰ ਕਿਹਨੂੰ ਮੰਨਦੇ ਹੋ ਫਿਰ?
ਜ਼ਿੰਮੇਵਾਰ ਸੀ, ਆਪ ਨਹੀਂ ਮੰਨਦੇ, ਸਾਡੇ ਸਾਹਮਣੇ ਕੀਤਾ ਹੀ ਨਹੀਂ ਨਸ਼ਾ ਜੀ ਉਹਨੇ, ਅਤੇ ਜਿਹੜੀ ਮਸ਼ੀਨ 'ਤੇ ਜਾਂਦਾ ਸੀ ਉਹਨਾਂ ਤੋਂ ਵੀ ਪਤਾ ਕਰਿਆ, ਉਹ ਕਹਿੰਦੇ ਨਹੀਂ ਨਸ਼ਾ ਕਰਦਾ ਸੀਗਾ। ਨਸ਼ਾ ਕੀਤਾ ਉਹਦੇ ਲਈ ਜ਼ਿੰਮੇਵਾਰ ਕਿਹਨੂੰ ਮੰਨਦੇ ਤੁਸੀਂ? ਜ਼ਿੰਮੇਵਾਰ ਤਾਂ ਜਿਹੜੇ ਬੰਦੇ ਲੈ ਕੇ ਗਏ ਨੇ ਉੱਥੇ, ਅਤੇ ਉਹਨਾਂ ਦੀ ਕੋਈ ਆਈਡੈਂਟੀ ਹੈ ਵੀ ਜਿਹੜੇ ਜਿਹੜੇ ਉਸ ਜਿਹਨਾਂ ਨੇ ਇਹਨੂੰ ਮਾੜੀ ਸੰਗਤ 'ਚ ਲਾਇਆ ਜੀ? ਹਾਂਜੀ ਹਾਂਜੀ ਹਾਂਜੀ। ਕੀ ਕੀ ਨਾਂ ਨੂੰ ਦੱਸ ਸਕਦੇ ਉਹਨਾਂ ਦੇ, ਕੁਛ ਖੁਲਾਸਾ ਕਰ ਸਕਦੇ ਹੋ? ਨਾਂ ਵੀ ਦੱਸ ਸਕਦੇ ਜੀ ਉਹਨਾਂ ਦੇ। ਹਾਂਜੀ ਹਾਂਜੀ, ਇੱਕ ਤਾਂ ਲੱਕੜ ਡਿਪੂ ਵਾਲਾ ਰਹਿੰਦਾ ਜੀ, ਲੱਕੜੀ ਵਾਲੇ, ਲੱਕੜ ਦਾ ਡਿਪੂ ਆ। ਇੱਕ ਇੱਕ ਇੱਧਰ ਨਾਲ ਆ ਘਰ ਰੰਗੀ ਦਾ ਪੋਤਾ ਜੀ, ਉਹ ਆਪਣੇ ਗੋਸਾ ਕਹਿੰਦੇ ਨੇ ਜੀ ਉਹਨੂੰ। ਅੱਛਾ ਹਾਂਜੀ। ਇਹ ਜਿਹੜੇ ਨਾਮ ਨੇ ਜਿਵੇਂ ਤੁਸੀਂ ਸਾਨੂੰ ਦੱਸ ਰਹੇ ਹੋ ਵੀ ਇਹ ਤੁਸੀਂ ਪੁਲਿਸ ਨੂੰ ਇਹਦੇ ਸੰਬੰਧ ਵਿੱਚ ਦੱਸਿਆ? ਪੁਲਿਸ ਨੇ ਕਾਰਵਾਈ ਕੀਤੀ ਨਹੀਂ ਜੀ ਕੋਈ ਵੀ, ਕਹਿੰਦੇ ਇਹਦੀ ਪੁਲਿਸ ਰਿਪੋਰਟ ਆਊਗੀ, ਮੈਡੀਕਲ ਰਿਪੋਰਟ, ਫਿਰ ਕਾਰਵਾਈ ਕਰਾਂਗੇ ਜੀ। ਅੱਛਾ, ਮਤਲਬ ਪੁਲਿਸ ਨੇ ਪੁਲਿਸ ਰਿਪੋਰਟ ਦੇ ਉੱਤੇ ਜਿਹੜੀ ਉਹਦੀ ਮੈਡੀਕਲ ਰਿਪੋਰਟ ਆ ਉਹਦੇ 'ਤੇ ਗੱਲ ਛੱਡਤੀ? ਹਾਂਜੀ, ਮੈਡੀਕਲ 'ਤੇ ਗੱਲ ਛੱਡਤੀ ਜੀ ਉਹਦੀ। ਅਤੇ ਕਿੱਥੇ ਤੁਸੀਂ ਇਹ ਸ਼ਿਕਾਇਤ ਦਿੱਤੀ ਸੀ? ਮੱਤੇ ਵਾਲਾ ਚੌਂਕੀ ਜੀ। ਠੀਕ ਠੀਕ। ਹਾਂਜੀ। ਅਤੇ ਇਹ ਜਿਹੜੇ ਕਿੰਨੇ ਭੈਣ ਭਰਾ ਸੀ ਜੀ? ਕੌਣ ਜੀ? ਜਿਹੜੇ ਜਸਪਾਲ, ਕਿੰਨੇ ਹੋਰ ਬੱਚੇ ਨੇ ਤੁਹਾਡੇ? ਪੰਜ ਬੱਚੇ ਸੀਗੇ, ਤਿੰਨ ਗੁੱਡੀਆਂ, ਦੋ ਕਾਕੇ ਆ ਜੀ, ਇੱਕ ਜਸਪਾਲ ਸੀਗਾ ਜੀ। ਅੱਛਾ ਜੀ। ਹਾਂਜੀ। ਇਹ ਪਰਮਜੀਤ ਸਿੰਘ ਨੇ ਦੱਸਿਆ ਬਈ ਜਿਹੜਾ ਜਸਪਾਲ ਸਿੰਘ ਆ ਉਹਦੀ ਮੌਤ ਆ ਜਿਹੜੀ ਉਹ ਇੱਥੋਂ ਤੱਕ ਇਹਨਾਂ ਨੇ ਜਿਹੜੇ ਨਾਵਾਂ ਦੇ ਖੁਲਾਸੇ ਵੀ ਕਰ ਦਿੱਤੇ, ਕਿਉਂਕਿ ਪੁਲਿਸ ਅਕਸਰ ਇਹ ਕਹਿੰਦੀ ਆ ਵੀ ਸਾਨੂੰ ਕੋਈ ਜਾਣਕਾਰੀ ਨਹੀਂ ਦਿੱਤੀ ਜਾਂਦੀ, ਤੁਸੀਂ ਨਾਮ ਦੱਸੋ ਅਸੀਂ ਕਾਰਵਾਈ ਕਰਾਂਗੇ। ਜਿਵੇਂ ਕਿ ਇਹਨਾਂ ਨੇ ਕੈਮਰੇ ਦੇ ਸਾਹਮਣੇ ਇਸ ਚੀਜ਼ ਦਾ ਖੁਲਾਸਾ ਵੀ ਕੀਤਾ ਬਈ ਅਸੀਂ ਨਾਮ ਤੱਕ ਦੱਸ ਦਿੱਤੇ ਕਿ ਪਰ ਪੁਲਿਸ ਵੱਲੋਂ ਮੈਡੀਕਲ ਰਿਪੋਰਟ ਜਿਹੜੀ ਆਉਣ ਦਾ, ਜਿਹੜੀ ਮ੍ਰਿਤਕ ਦੀ ਮੈਡੀਕਲ ਰਿਪੋਰਟ ਆਉਣ ਦੀ ਗੱਲ ਆ ਕੇ ਹਲੇ ਤੱਕ ਉਹਦੇ 'ਤੇ ਕੋਈ ਕਾਰਵਾਈ ਨਹੀਂ ਕੀਤੀ, ਔਰ ਹਲੇ ਤੱਕ ਇੱਕ ਸਭ ਤੋਂ ਵੱਡੀ ਗੱਲ ਆ ਵੀ ਹਲੇ ਤੱਕ ਜਿਹੜੀ ਇਸ ਮ੍ਰਿਤਕ ਦੀ ਮੈਡੀਕਲ ਰਿਪੋਰਟ ਵੀ ਨਹੀਂ ਆਈ, ਜਦਕਿ ਇਸ ਮਾਮਲੇ ਨੂੰ ਬੀਤੇ ਵੀ ਮਹੀਨੇ ਤੋਂ ਜ਼ਿਆਦਾ ਹੋਣ ਵਾਲਾ ਹੈ। ਅਤੇ ਹੁਣ ਸਾਡੇ ਦਰਮਿਆਨ ਜਿਹੜੇ ਇਸੇ ਪਿੰਡ ਦੇ ਇੱਕ ਸਮਾਜ ਸੇਵੀ ਨੇ ਅਤੇ ਚਿੰਤਕ ਨੇ ਪਿੰਡ ਦੇ ਭਲੇ ਦੇ ਲਈ ਜਿਹੜੇ ਉਹ ਨੇ, ਉਹਨਾਂ ਨਾਲ ਗੱਲ ਕਰਦੇ ਹਾਂ ਵੀ ਇਸ ਇਲਾਕੇ ਦੇ ਵਿੱਚ ਨਸ਼ੇ ਦਾ ਕੀ ਹਾਲ ਆ, ਅਤੇ ਉਹਨੂੰ ਜ਼ਿਆਦਾਤਰ ਜਿਵੇਂ ਦੂਜੇ ਪਿੰਡਾਂ ਦੇ ਲੋਕ ਚੌਂਤੇ ਨੂੰ ਟਾਰਗੇਟ ਬਣਾ ਰਹੇ ਨੇ ਵੀ ਚੌਂਤੇ ਦੇ ਵਿੱਚੋਂ ਨਸ਼ਾ ਰਿਹਾ, ਵੀ ਤੁਹਾਡੇ ਮੁਤਾਬਕ ਚੌਂਤੇ ਦੇ ਨਾਲ ਨਾਲ ਹੋਰ ਕਿੱਥੋਂ ਕਿੱਥੋਂ ਨਸ਼ਾ ਜਿਹੜਾ ਇੱਥੇ ਆ ਰਿਹਾ? ਮੈਂ ਦਰਸ਼ਨ ਸਿੰਘ ਬੋੜੇ ਜੀ। ਮੈਂ ਅਕਸਰ ਤਕਰੀਬਨ ਪੁਲਿਸ ਮਹਿਕਮੇ ਨੂੰ ਕਈ ਵਾਰ ਇਹ ਸੂਚਿਤ ਕਰ ਚੁੱਕੇ ਹਾਂ ਕਿ ਸਾਡੇ ਪਿੰਡ ਜੰਗਲ ਦੇ ਵਿੱਚ ਇੱਕ ਸਰਕਾਰੀ ਡੀਪੂ ਆ ਜੰਗਲ ਦਾ, ਉਹਦੀ ਕੁੱਲੀ ਦੀ ਉੱਥੇ ਇੱਕ ਕੁੱਲੀ ਪਾਈ ਆ, ਉਹਨਾਂ ਨੇ ਇੱਕ ਬੰਦਾ ਰੱਖਿਆ ਅਤੇ ਉਹਦੇ ਨਾਲ ਉੱਥੇ ਅਕਸਰ ਜਨਾਨੀਆਂ ਵੀ ਆਉਂਦੀਆਂ, ਉੱਥੇ ਬਾਹਰੋਂ ਮੁੰਡੇ ਵੀ ਆਉਂਦੇ ਆ, ਟੋਲੀਆਂ ਬਣਾ ਬਣਾ ਕੇ ਆਉਂਦੇ ਆ ਅਤੇ ਨਸ਼ਾ ਉੱਥੇ ਉਹ ਸਪਲਾਈ ਕਰਦੇ ਆ। ਉਹ ਸਰਿੰਜਾਂ ਵੀ ਉੱਥੇ ਮੌਜੂਦ ਪਈਆਂ ਜੀ, ਹਜੇ ਵੀ ਮੌਜੂਦ ਹੋਣਗੀਆਂ, ਅਤੇ ਉਹ 500 ਪਤਾ ਨਹੀਂ 1000 ਰੁਪਏ ਦੀ ਉਹ ਸਰਿੰਜ ਵੇਚਦਾ। ਅਤੇ ਇਹਦੇ ਨਾਲ ਲੱਗਦਾ ਸਾਡੇ ਪਿੰਡ ਇੱਕ ਹੈਗਾ ਜੀ ਹੈਦਾ ਨਗਰ, ਉੱਥੇ ਦੇ ਮੁੰਡੇ ਵੀ ਆ, ਦੇਖੋ ਉਹ ਗੱਡੀਆਂ 'ਚ ਕਿਵੇਂ ਘੁੰਮਦੇ ਆ, ਘਰ ਬਾਰ, ਜਦਕਿ ਬਹੁਤ ਉਹਨਾਂ ਦੇ ਗਰੀਬ ਆ, ਪਰ ਪਿਛੋਕੜ ਆ ਜਿਹਨਾਂ ਦਾ, ਜਿਹੜਾ ਉਹਨਾਂ ਦਾ ਬਹੁਤ ਗਰੀਬ ਆ, ਉਹ ਗੱਡੀਆਂ 'ਚ ਘੁੰਮਦੇ ਆ, ਉਹ ਕਿੱਥੋਂ ਘੁੰਮਦੇ ਆ, ਪੈਸਾ ਕਿੱਥੋਂ ਆਉਂਦਾ ਅਤੇ ਤੇਲ ਕਿੱਥੋਂ ਪੈਂਦਾ, ਜਾਂ ਉਹ ਨਾਲ ਹੀ ਚੌਂਤਾ ਪਿੰਡ ਆ, ਚੌਂਤੇ ਪਿੰਡ ਦੇ ਬੰਦਿਆਂ ਦੇ ਨਾਲ ਉਹਨਾਂ ਦੇ ਸਾਰਿਆਂ ਦੇ ਸੰਬੰਧ ਨੇ ਅਤੇ ਉਹ ਚਿੱਟਾ ਸਪਲਾਈ ਕਰਦੇ ਆ। ਅੱਗੇ ਵੀ ਅਸੀਂ ਇੱਕ ਵਾਰ ਨਹੀਂ ਤਕਰੀਬਨ 50 ਵਾਰ ਇਹ ਸਰਕਾਰ ਨੂੰ, ਕੈਪਟਨ ਸਾਹਿਬ ਨੂੰ, ਜਦ ਕਿ ਢਿੱਲੋਂ ਸਾਹਿਬ ਹੁੰਦੇ ਜੀ, ਸਾਰਿਆਂ ਨੂੰ, SHO ਸਾਹਿਬ, DC ਸਾਹਿਬ, ਸਭ ਨੂੰ ਇਹ ਦੱਸ ਚੁੱਕੇ ਹਾਂ ਕਿ ਸਾਡਾ ਜਿਹੜਾ ਇਹ ਆ ਬੈਲਟ ਆ, ਇਹ ਨਸ਼ਿਆਂ ਨੇ ਖਾ ਲਈ, ਘਰਾਂ ਦੇ ਘਰ ਬਰਬਾਦ ਹੋ ਰਹੇ ਆ। ਆਹ ਜਸਪਾਲ ਸਿੰਘ ਪਾਲੀ ਮੁੰਡਾ, ਇਹਦੇ ਆਪਣੇ ਮਾਂ ਪਿਓ ਦਾ ਇਕੱਲਾ ਇਕੱਲਾ ਸਹਾਰਾ ਸੀ, ਇਹ ਨਸ਼ੇ ਦੇ ਦੈਤਰੇ ਉਗਲ ਲਿਆ। ਜਦੋਂ ਮੈਂ ਇਹਨੂੰ ਹੋਸਪਿਟਲ ਰਾਤ ਨੂੰ ਲੈ ਕੇ ਗਿਆ, ਇਹਦੇ ਮੂੰਹ 'ਚੋਂ ਝਾਗਾ ਵੇ, ਮੈਂ ਜਾ ਕੇ ਉੱਥੇ ਪੁੱਛਿਆ ਡਾਕਟਰਾਂ ਨੂੰ, ਡਾਕਟਰ ਕਹਿੰਦੇ ਵੀ ਇਹ ਓਵਰਡੋਜ਼ ਹੋ ਗਿਆ, ਵੀ ਇਹ ਨਸ਼ੇ ਦੇ ਨਾਲ ਹੀ ਇਹਦੇ ਕੰਮ ਹੋਇਆ। ਜੰਗਲ ਵਿੱਚ ਲੈ ਕੇ ਜਾਣ ਦਾ ਹੋਰ ਉਹਦਾ ਕੀ ਮਕਸਦ ਸੀ? ਇਹੀ ਮਕਸਦ ਸੀ, ਮੁੰਡੇ ਲੈ ਗਏ ਉਹਨੂੰ, ਉਹਦੇ ਓਵਰਡੋਜ਼ ਟੀਕੇ ਲਾ ਤੇ, ਜਾਂ ਉਹਨੂੰ ਪਿਲਾ ਤਾ, ਨਸ਼ੇ ਦੇ ਨਾਲ ਹੀ ਉਸ ਬੱਚੇ ਦੀ ਮੌਤ ਹੋਈ ਆ। ਅਸੀਂ ਤਾਂ ਅੱਗੇ ਵੀ ਸਰਕਾਰ ਨੂੰ ਬੇਨਤੀ ਕੀਤੀ ਆ, ਹੁਣ ਵੀ ਕਰਦੇ ਹਾਂ, ਅਸੀਂ ਸਾਰੇ ਪਿੰਡ ਵਾਸੀ ਕਰਦੇ ਹਾਂ, ਲੱਖਾਂ ਨਿਵਾਸੀ, ਬੇਨਤੀ ਇਹ ਕਰਦੇ ਹਾਂ ਕਿ ਇਹ ਜਿਹੜੀ ਪੁਲਿਸ ਪ੍ਰਸ਼ਾਸਨ ਦੇ ਉੱਤੇ ਠੱਲ ਪਾਓ, ਪੁਲਿਸ ਪ੍ਰਸ਼ਾਸਨ ਦਾ ਇਹਦੇ ਵਿੱਚ ਸਭ ਤੋਂ ਵੱਡਾ ਸਹਿਯੋਗ ਆ,
ਪਿੰਡਾਂ ਦੇ ਵਿੱਚ ਨਜਾਇਜ਼ ਘਰਾਂ ਲੋਕਾਂ ਦੇ ਘਰਾਂ ਦੇ ਵਿੱਚ ਦਾਰੂ ਵਿਕ ਰਹੀ ਆ, ਇਹ ਚਿੱਟਾ ਟੀਕੇ ਪੁੜੀਆਂ ਦੇ ਹਿਸਾਬ ਨਾਲ ਵਿਕ ਰਿਹਾ, ਉਹ ਗਰਾਮੀਆਂ ਦੇ ਹਿਸਾਬ ਨਾਲ ਕੀ ਕਹਿੰਦੇ ਆ ਉਹ ਵਿਕ ਰਿਹਾ। ਇਹਦੇ ਉੱਤੇ ਕੋਈ ਵੀ ਪ੍ਰਸ਼ਾਸਨ, ਪੁਲਿਸ ਮਹਿਕਮਾ, ਸਰਕਾਰੀ ਮਹਿਕਮਾ ਅਤੇ ਜਾਂ ਮਤਲਬ ਡਾਕਟਰੀ ਮਹਿਕਮਾ ਜਿਹੜੇ ਜਿਨ੍ਹਾਂ ਦਾ ਕੰਮ ਆ, ਇਹ ਕੋਈ ਵੀ ਇਸ ਉੱਤੇ ਕੋਈ ਵੀ ਕਾਰਵਾਈ ਨਹੀਂ ਕਰ ਰਹੇ। ਇੱਦਾਂ ਹੀ ਜੇ ਨਾ ਕਾਰਵਾਈ ਕੀਤੀ ਤਾਂ ਸਾਡੇ ਪਿੰਡਾਂ ਦੇ ਪਿੰਡ ਨੌਜਵਾਨ ਪੀੜ੍ਹੀ, ਗਰੀਬ ਬੱਚੇ, ਤਕੜੇ ਅਮੀਰ, ਸਭ ਇੱਦਾਂ ਹੀ ਪਿੰਡ ਬਰਬਾਦ ਹੋ ਜਾਣਗੇ। ਅਸੀਂ ਸਰਕਾਰ ਨੂੰ ਬੜੇ ਦੁਖੀ ਹਿਰਦੇ ਨਾਲ, ਮਨ ਭਰੇ ਹਿਰਦੇ ਨਾਲ ਬੇਨਤੀ ਕਰਦੇ ਹਾਂ ਕਿ ਇਸ ਦਾ ਜੇ ਤੁਸੀਂ ਹੱਲ ਨਾ ਕੀਤਾ, ਸਾਡੇ ਘਰਾਂ ਦੇ ਘਰ ਬਰਬਾਦ ਹੋ ਜਾਣਗੇ, ਸਾਡੀਆਂ ਕੁੱਲਾਂ ਨਾਸ ਹੋ ਜਾਣਗੀਆਂ। ਅਸੀਂ ਇਹੀ ਇੰਨਾ ਕੁਛ ਹੀ ਕਹਿੰਦੇ ਹਾਂ ਵੀ ਸਾਡੇ ਇਸ ਇਲਾਕੇ ਦੇ ਵਿੱਚ ਪੁਲਿਸ ਵੱਧ ਤੋਂ ਵੱਧ ਸਖਤਾਈ ਕਰੇ, ਜਦਕਿ ਜੇ ਪੁਲਿਸ ਸਖਤਾਈ ਕਰੂਗੀ ਤਾਂ ਸਾਡੇ ਇਸ ਇਲਾਕੇ ਦੇ ਵਿੱਚ ਸੁਧਾਰ ਹੋਊਗਾ, ਨਹੀਂ ਅਸੀਂ ਇੱਥੇ ਕੋਈ ਸੁਧਾਰ ਨਹੀਂ ਕਰ ਸਕਦੇ। ਇਹੀ ਪੰਚਾਇਤਾਂ ਨੇ ਵੀ, ਸਾਰਿਆਂ ਨੇ ਹੀ, ਆਲੇ ਦੁਆਲੇ ਦੀਆਂ ਪੰਚਾਇਤਾਂ ਨੇ ਵੀ ਲਿਖਤੀ ਰੂਪ 'ਚ ਵੀ ਇਹ ਸਾਰੇ ਕੁਛ ਦਿੱਤੇ ਹੋਏ ਆ ਵੀ ਤੁਸੀਂ ਇਸ 'ਤੇ ਕਾਰਵਾਈ ਕਰੋ, ਪਰ ਕੋਈ ਕਾਰਵਾਈ ਨਹੀਂ ਹੋ ਰਹੀ। ਦਰਸ਼ਨ ਸਿੰਘ ਜੀ, ਜਿਵੇਂ ਤੁਸੀਂ ਦੱਸਿਆ ਵੀ ਮੰਗਾਂ ਵੀ ਮੰਗ ਕੇ ਦੇ ਲਈਆਂ, ਜਿਵੇਂ ਚੌਂਕੇ ਦੇ ਵਿੱਚ ਵੀ ਗੱਲ ਹੋਈ ਆ, ਇਹੀ ਕੂਮ ਦੇ ਵਿੱਚ ਵੀ ਇਹੀ ਗੱਲ ਹੋਈ ਆ, ਮੰਗਾਂ ਮੰਨ ਕੇ ਦੇਖ ਲਈਆਂ ਪਰ ਜਦੋਂ ਮੰਗਾਂ ਮੰਨੀਆਂ ਨਹੀਂ ਜਾਂਦੀਆਂ, ਕੀ ਇਹ ਇੱਥੋਂ ਦੇ ਜਾਂ ਤੁਸੀਂ ਜਾਂ ਇੱਥੋਂ ਦੇ ਹੋਰ ਲੋਕ ਨੇ ਇਸ ਨੂੰ ਅਮਲ ਦੇ ਵਿੱਚ ਲਾਗੂ ਕਰਵਾਉਣ ਦੇ ਲਈ, ਅਸਲੀ ਮਾਇਨੇ ਦੇ ਵਿੱਚ ਇਸ ਨੂੰ ਜਾਮੀ ਅਮਲੀ ਜਾਮਾ ਪਹਿਨਾਉਣ ਦੇ ਲਈ ਕੋਈ ਸਖ਼ਤ ਤਿੱਖਾ ਸਾਂਝਾ ਸੰਘਰਸ਼ ਬਣਾਉਣ ਦੀ ਯੋਜਨਾ ਬਣਾ ਰਹੇ ਹਾਂ? ਅਸੀਂ ਜੀ ਹੁਣ ਜੇ ਇਹ ਸਰਕਾਰਾਂ ਨੇ ਹੁਣ ਇਹਦਾ ਕੋਈ ਹੱਲ ਨਾ ਕੱਢਿਆ, ਅਸੀਂ ਪਿੰਡ ਪਿੰਡ ਘਰ ਘਰ ਬੀਬੀਆਂ ਨੂੰ ਬੱਚਿਆਂ ਨੂੰ ਲਿਜਾ ਕੇ ਅਸੀਂ ਰੋਡ ਜਾਮ ਕਰਾਂਗੇ, ਸ਼ਕਤੀ ਪ੍ਰਦਰਸ਼ਨ ਕਰਾਂਗੇ, ਸਰਕਾਰ ਦੇ ਨੱਕ ਦੇ ਵਿੱਚ ਦਮ ਲਿਆਵਾਂਗੇ। ਜੇ ਸਰਕਾਰ ਨੇ ਨਾ ਵੀ ਕੀ ਨਾ ਫੇਰ ਨਾ ਸੁਣੀ, ਅਸੀਂ ਮਰਨ ਵਰਤ 'ਤੇ ਵੀ ਬੈਠ ਜਾਵਾਂਗੇ ਜੀ। ਇਹ ਸੀ ਦਰਸ਼ਨ ਸਿੰਘ ਜੀ, ਅਤੇ ਪਹਿਲਾਂ ਪਰਮਜੀਤ ਸਿੰਘ ਜੀ ਨੇ ਸਾਡੇ ਨਾਲ ਗੱਲ ਕੀਤੀ ਹੈ, ਅਤੇ ਹੁਣ ਦਰਸ਼ਨ ਸਿੰਘ ਜੀ ਨੇ ਗੱਲ ਕੀਤੀ ਹੈ। ਇਹਨਾਂ ਨੇ ਆਪਣਾ ਜਿਹੜਾ ਤਿੱਖਾ ਰੋਖਾ ਜਿਹੜਾ ਉਹ ਦੱਸ ਦਿੱਤਾ ਵੀ ਜੇਕਰ ਨਾ ਸਰਕਾਰਾਂ ਨੇ ਔਰ ਪੁਲਿਸ ਪ੍ਰਸ਼ਾਸਨ ਨੇ ਕੁਝ ਕੀਤਾ ਤਾਂ ਅਸੀਂ ਜਿਹੜਾ ਅਮਲੀ ਜਾਮਾ ਪਹਿਨਾਉਣ ਲਈ ਇਸ ਮਾਮਲੇ ਦੇ ਉੱਤੇ ਪੂਰੀ ਨਸ਼ਿਆਂ 'ਤੇ ਰੋਕਥਾਮ ਲਗਾਉਣ ਲਈ ਅਸੀਂ ਸਾਂਝਾ ਪਲੇਟਫਾਰਮ ਦੇ ਉੱਤੇ ਜਿਹੜੇ ਧਰਨੇ ਮੁਜ਼ਾਹਰੇ ਔਰ ਇੱਥੋਂ ਤੱਕ ਕਿ ਜਿਹੜੀ ਇਹ ਦੋ